ਤੁਸੀਂ ਪਲੱਸ 2 ਪਾਸ ਕਰ ਚੁੱਕੇ ਹੋ ਤੇ ਪਲੱਸ 2 ਤੋਂ ਬਾਅਦ ਤੁਸੀਂ ਵਿਦੇਸ਼ ਜਾਣ ਦਾ ਸੁਪਨਾ ਸੋਚਿਆ ਹੋਇਆ ਤਾਂ ਇੱਕ ਵਾਰ ਝਾਂਸੀ ਰਾਣੀ ਚੌਂਕ ਜਗਰਾਉਂ ਦੇ ਨੇੜੇ ਬ੍ਰਾਈਟ ਫਿਊਚਰ ਆਈਲੇ ਸੈਂਟਰ ਆਓ ਹੀਰੇ ਦੀ ਮੁੱਲ ਜੌਰੀ ਕਿਵੇਂ ਪਾਉਂਦੇ ਆ ਤੇ ਤੁਹਾਡੀਆਂ ਪੜ੍ਹਾਈਆਂ ਦਾ ਮੁੱਲ ਕਿਵੇਂ ਪੈਂਦਾ ਪੰਜਾਬ ਦੇ ਵਿੱਚ ਅਕਸਰ ਹੀ ਹਮੇਸ਼ਾ ਬੋਲਿਆ ਜਾਂਦਾ ਕਿ ਪੜ੍ਹਾਈਆਂ ਦੇ ਮੁੱਲ ਪੈਂਦੇ ਆ ਕਿਉਂਕਿ ਪੜ੍ਹਾਈਆਂ ਦੇ ਮੁੱਲ ਤਾਂ ਪੈਂਦੇ ਆ ਜੇਕਰ ਤੁਸੀਂ ਵਧੀਆ ਪੜ੍ਹੇ ਹੋ ਜੇਕਰ ਤੁਸੀਂ 80% ਅੰਕ ਲੈਨੇ ਹੋ ਤਾਂ ਤੁਹਾਨੂੰ ਜਿਹੜੀ ਫੀਸ ਹੋਊਗੀ ਉਹਦੇ ਵਿੱਚੋਂ 40% ਡਿਸਕਾਊਂਟ ਮਿਲੇਗਾ ਰਾਈਟ ਫਿਊਚਰ ਆਈਲੈਟਸ ਐਂਡ ਇਮੀਗ੍ਰੇਸ਼ਨ ਸੈਂਟਰ ਇਹ ਰਾਣੀ ਝਾਂਸੀ ਚੌਂਕ ਜਗਰਾਓਂ ਤਹਿਸੀਲ ਸਿੰਘ ਸਭਾ ਗੁਰਦੁਆਰਾ ਦੇ ਬਿਲਕੁਲ ਨਾਲ ਹੈ ਅੱਜ ਕੱਲ ਫਿਊਚਰ ਬਣਾਉਣ ਦੇ ਲਈ ਬੱਚੇ ਵਿਦੇਸ਼ਾਂ ਵੱਲ ਜ਼ਿਆਦਾ ਕੂਚ ਕਰ ਰਹੇ ਆ ਕਿਉਂਕਿ ਇੱਥੋਂ ਦਾ ਜਿਹੜਾ ਸਿਸਟਮ ਹੈ ਉਹ ਜ਼ਿਆਦਾ ਨਿਕੰਮਾ ਹੋ ਚੁੱਕਿਆ ਜਿਵੇਂ ਕਹਾਂ ਜਦੋਂ ਦਾ ਮੈਂ ਇਹ ਵਾਲੇ ਇੰਸਟੀਟਿਊਟ ਜੁਆਇਨ ਕੀਤਾ ਦੈਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂੰ ਇੱਥੇ ਦੇਖਣ ਨੂੰ ਮਿਲੀਆਂ ਵਾ ਕੀ ਹੈ ਕਿ ਅਸੀਂ ਸਿਰਫ ਉਹ ਸਟੂਡੈਂਟਸ ਲਈ ਰੱਖਿਆ ਕਿ ਜਿਹੜੇ ਬੱਚੇ ਬਹੁਤ ਜ਼ਿਆਦਾ ਪੂਅਰ ਫੈਮਿਲੀ ਤੋਂ ਬਿਲੋਂਗ ਕਰਦੇ ਆ ਸੋ ਦੈਟ ਕਿ ਉਹ ਡਿਸਕਾਊਂਟ ਲੈ ਸਕਣ ਅੱਗੇ ਸਕੂਲਾਂ 'ਤੇ ਬਾਹਰ ਲਿਖਿਆ ਹੁੰਦਾ ਸੀ ਅਸੀਂ ਵੀ ਜਦੋਂ ਪੜ੍ਹਦੇ ਸੀ ਵਿੱਦਿਆ ਵਿਚਾਰੀ ਪਰਉਪਕਾਰੀ ਅੱਜ ਕੱਲ੍ਹ ਪਰਉਪਕਾਰੀ ਨਹੀਂ ਵਪਾਰੀ ਹੋ ਗਈ ਹੈ 97800 ਜੀ 8182 ਫਿਰ ਦੁਬਾਰਾ ਨੋਟ ਕਰ ਲਓ ਜੀ 97800 8182 ਜੀ ਬੱਚੇ ਦੀ ਗਰੰਟੀ ਲੈਂਦੇ ਹਾਂ ਕਿ ਉਹਨਾਂ ਦੀ 7+ ਬੈਂਡਸ ਅਸੀਂ ਜਿੱਦਾਂ ਵੀ ਲੈ ਕੇ ਅਸੀਂ ਲੈ ਕੇ ਆਵਾਂਗੇ ਤੁਸੀਂ ਪਲੱਸ 2 ਪਾਸ ਕਰ ਚੁੱਕੇ ਹੋ ਤੇ ਪਲੱਸ 2 ਤੋਂ ਬਾਅਦ ਤੁਸੀਂ ਵਿਦੇਸ਼ ਜਾਣ ਦਾ ਸੁਪਨਾ ਸੋਚਿਆ ਹੋਇਆ ਤਾਂ ਇੱਕ ਵਾਰ ਝਾਂਸੀ ਰਾਣੀ ਚੌਂਕ ਜਗਰਾਓਂ ਦੇ ਨੇੜੇ ਬ੍ਰਾਈਟ ਫਿਊਚਰ ਆਈਲੇ ਸੈਂਟਰ ਆਓ ਮੈਂ ਦੱਸਾਂਗਾ ਕਿ ਇੱਥੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਿਵੇਂ ਕੀਤਾ ਜਾਂਦਾ ਅਤੇ ਹੀਰੇ ਦੀ ਮੁੱਲ ਜੌਹਰੀ ਕਿਵੇਂ ਪਾਉਂਦੇ ਆ ਅਤੇ ਤੁਹਾਡੀਆਂ ਪੜ੍ਹਾਈਆਂ ਦਾ ਮੁੱਲ ਕਿਵੇਂ ਪੈਂਦਾ ਸਤਿ ਸ਼੍ਰੀ ਅਕਾਲ ਜੀ ਰੰਗਲਾ ਪੰਜਾਬ ਟੋਰਾਂਟੋ ਟੀਵੀ ਵੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਪੱਤਰਕਾਰ ਰਣਜੀਤ ਸਿੰਘ ਰਾਣਾ ਅਤੇ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਨੇ ਨਸੀਬ ਸਿੰਘ ਬਿਰਕ ਕਿਹਾ ਜਾਂਦਾ ਕਿ ਪੰਜਾਬ ਦੇ ਵਿੱਚ ਅਕਸਰ ਹੀ ਹਮੇਸ਼ਾ ਬੋਲਿਆ ਜਾਂਦਾ ਕਿ ਪੜ੍ਹਾਈਆਂ ਦੇ ਮੁੱਲ ਪੈਂਦੇ ਆ ਕਿਉਂਕਿ ਪੜ੍ਹਾਈਆਂ ਦੇ ਮੁੱਲ ਤਾਂ ਪੈਂਦੇ ਆ ਜੇਕਰ ਤੁਸੀਂ ਵਧੀਆ ਪੜ੍ਹੇ ਹੋ ਇੱਕ ਹੀਰੇ ਦਾ ਮੁੱਲ ਇੱਕ ਜੌਹਰੀ ਪਾ ਸਕਦਾ ਅੱਜ ਅਸੀਂ ਜਗਰਾਓਂ ਦੇ ਇੱਕ ਆਈਲੈਟਸ ਸੈਂਟਰ ਦੀ ਗੱਲ ਕਰਾਂਗੇ ਜਿੱਥੇ ਤੁਹਾਡੀਆਂ ਪੜ੍ਹਾਈਆਂ ਦੇ ਮੁੱਲ ਪੈਣਗੇ ਤੁਹਾਡੀ ਮਿਹਨਤ ਦੇ ਤੁਹਾਡੀ ਕਾਬਲੀਅਤ ਦੇ ਮੁੱਲ ਪੈਣਗੇ ਮੁੱਲ ਪੈਣਗੇ ਕਿਵੇਂ ਉਹ ਵੀ ਤੁਹਾਨੂੰ ਅਸੀਂ ਜਿਹੜੇ ਇੱਥੋਂ ਦੇ ਓਨਰ ਆ ਜਿਹੜੇ ਇੱਥੇ ਮੈਡਮ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਮੁੱਲ ਪੈਣਗੇ ਕਿਵੇਂ ਪਰ ਕਹਿੰਦੇ ਨੇ ਕਿ ਸੁਪਨਾ ਸਾਕਾਰ ਕਰਨ ਵਾਸਤੇ ਅੱਜ ਕੱਲ੍ਹ ਜਿਹੜੀ ਨੌਜਵਾਨ ਪੀੜ੍ਹੀ ਵਿਦੇਸ਼ ਜਾ ਰਹੀ ਆ ਪਰ ਵਿਦੇਸ਼ ਜਾਣ ਵਾਸਤੇ ਸਭ ਤੋਂ ਵੱਡਾ ਹੱਥ ਆਈਲੈਟਸ ਸੈਂਟਰ ਦਾ ਹੁੰਦਾ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਇੱਥੇ ਸੰਡੇ ਵਾਲੇ ਦਿਨ ਆਈਲੈਟਸ ਸੈਂਟਰ ਜਿੱਥੇ ਅਸੀਂ ਪਹੁੰਚੇ ਹਾਂ ਬ੍ਰਾਈਟ ਫਿਊਚਰ ਯਾਨੀ ਕਿ ਤੁਸੀਂ ਆਪਣੇ ਸੁਪਨੇ ਅਤੇ ਭਵਿੱਖ ਨੂੰ ਉਜਵਲ ਬਣਾ ਸਕਦੇ ਹੋ ਕਿਵੇਂ ਬਣਾ ਸਕਦੇ ਹੋ ਸੰਡੇ ਵਾਲੇ ਦਿਨ ਇੱਕ ਕੈਂਪ ਲੱਗਦਾ ਜਿਸ ਦੇ ਵਿੱਚ ਤੁਸੀਂ ਪੜ੍ਹਾਈ ਦੀ ਆਪਣੀ ਦੀ ਕਾਬਲੀਅਤ ਦੀ ਅਤੇ ਆਪਣੀ ਜਿਹੜੀ ਮਿਹਨਤ ਦੀ ਸਦਕਾ ਇੱਥੇ ਇੱਕ ਟੈਸਟ ਦੇਣਾ ਜੇਕਰ ਤੁਸੀਂ ਟੈਸਟ ਵਿੱਚੋਂ ਪਾਸ ਹੁੰਦੇ ਹੋ ਜੇਕਰ ਐਗਜ਼ਾਮਪਲ ਫੋਰ ਤੁਹਾਨੂੰ ਦੱਸ ਦਿੰਦਾ ਕਿ ਜੇਕਰ ਤੁਸੀਂ 80% ਅੰਕ ਲੈਨੇ ਹੋ ਤਾਂ ਤੁਹਾਨੂੰ ਜਿਹੜੀ ਫੀਸ ਹੋਊਗੀ ਉਹਦੇ ਵਿੱਚੋਂ 40% ਡਿਸਕਾਊਂਟ ਮਿਲੇਗਾ ਇਹ ਓਨਰ ਰਹਿ ਗਿਆ ਪਰ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਜੇਕਰ ਤੁਸੀਂ ਸਾਡੀ ਵੀਡੀਓ ਵੇਖ ਕੇ ਲਾਈਕ ਕਰਦੇ ਹੋ ਅਤੇ ਆ ਕੇ ਉਹ ਵੀਡੀਓ ਇੱਥੇ ਦਿਖਾਉਂਦੇ ਹੋ ਤਾਂ ਤੁਹਾਨੂੰ ਸ਼ਾਇਦ ਜੇਕਰ 80% ਲੈਨੇ ਹੋ ਤਾਂ ਤੁਹਾਨੂੰ 45% ਉਸ ਵੀਡੀਓ ਦੇ ਨਾਲ ਤੁਹਾਨੂੰ 5% ਫੀਸ ਵਿੱਚੋਂ ਹੋਰ ਡਿਸਕਾਊਂਟ ਮਿਲੂਗਾ ਸਭ ਤੋਂ ਪਹਿਲਾਂ ਅਸੀਂ ਬਾਈ ਦਾ ਸਵਾਗਤ ਕਰ ਲੈਂਦੇ ਬਾਈ ਜੀ ਕੀ ਨਾਮ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੈਨਲ ਦੇ ਥਰੂ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਨਾਮ ਦੱਸ ਦਿਓ ਮੇਰਾ ਨਾਮ ਇੰਦਰਪ੍ਰੀਤ ਸਿੰਘ ਬਸ਼ੇਰ ਹੈ ਜੀ ਅਤੇ ਇਹ ਜਿਹੜਾ ਸੈਂਟਰ ਹੈ ਬ੍ਰਾਈਟ ਫਿਊਚਰ ਆਈਲੈਟਸ ਐਂਡ ਇਮੀਗ੍ਰੇਸ਼ਨ ਸੈਂਟਰ ਇਹ ਰਾਣੀ ਝਾਂਸੀ ਚੌਂਕ ਜਗਰਾਓਂ ਤਹਿਸੀਲ ਸਿੰਘ ਸਭਾ ਗੁਰਦੁਆਰਾ ਦੇ ਬਿਲਕੁਲ ਨਾਲ ਹੈ ਅਤੇ ਇੱਥੇ ਅਸੀਂ ਆਈਲੈਟਸ ਅਤੇ ਸਪੀਕਿੰਗ ਅਤੇ ਗਰਾਮਰ ਵਗੈਰਾ ਇੱਥੇ ਟੀਚ ਕਰਦੇ ਹਾਂ ਜਿਹੜੇ ਤੁਸੀਂ ਸੰਡੇ ਵਾਲੇ ਦਿਨ ਕਿਹਾ ਵੈਸੇ ਤਾਂ ਹਾਲੇ ਇੱਕ ਸੰਡੇ ਕਿਹਾ ਪਰ ਮੈਂ
ਜਿਵੇਂ ਤੁਹਾਡੀ ਗੱਲ ਗੱਲਾਂ ਬਾਤਾਂ ਆਪਾਂ ਕੀਤੀਆਂ ਗੱਲਾਂ ਤੇ ਪਤਾ ਲੱਗਿਆ ਤੁਸੀਂ ਹਰ ਸੰਡੇ ਕਹਿ ਰਹੇ ਹੋ ਇਹ ਕੈਂਪ ਬਾਰੇ ਥੋੜੀ ਜਾਣਕਾਰੀ ਦਿਓ। ਬਿਲਕੁਲ ਜੀ, ਜਿਵੇਂ ਆਪਾਂ ਨੂੰ ਪਤਾ ਹੈ ਕਿ ਅੱਜ ਕੱਲ ਫਿਊਚਰ ਬਣਾਉਣ ਦੇ ਲਈ ਬੱਚੇ ਵਿਦੇਸ਼ਾਂ ਵੱਲ ਜ਼ਿਆਦਾ ਕੁਝ ਕਰ ਰਹੇ ਆ, ਕਿਉਂਕਿ ਇੱਥੋਂ ਦਾ ਜਿਹੜਾ ਸਿਸਟਮ ਹੈ ਉਹ ਜ਼ਿਆਦਾ ਨਿਕੰਮਾ ਹੋ ਚੁੱਕਿਆ ਜਿਵੇਂ ਕਹਾਂ, ਤੇ ਬੱਚਿਆਂ ਨੂੰ ਆਪਣਾ ਫਿਊਚਰ ਬਣਾਉਣ ਦੇ ਲਈ ਵਿਦੇਸ਼ਾਂ ਵੱਲ ਜਾਣਾ ਪੈਂਦਾ। ਉਹਦੇ ਵਿੱਚ ਸਭ ਤੋਂ ਵੱਡਾ ਹੱਥ ਜਿਹੜਾ ਆਈਲੈਟਸ ਸੈਂਟਰਾਂ ਦਾ, ਆਈਲੈਟਸ ਦੀ ਪੜ੍ਹਾਈ ਸਭ ਤੋਂ ਜ਼ਰੂਰੀ ਮੰਨੀ ਗਈ ਹੈ ਕਿ ਵਿਦੇਸ਼ਾਂ 'ਚ ਜੇ ਆਪਾਂ ਜਾ ਕੇ ਪੜ੍ਹਨਾ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ। ਸੋ ਉਸ ਫੀਲਡ ਦੇ ਵਿੱਚ ਅਸੀਂ ਆ ਕੇ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦੇ ਹਾਂ ਕਿ ਬੱਚੇ ਸਾਡੇ ਕੋਲ ਪੜ੍ਹ ਕੇ ਵਧੀਆ ਬੈਂਡ ਸਕੋਰ ਲੈ ਕੇ ਵਿਦੇਸ਼ਾਂ ਦੇ ਵਧੀਆ ਕਾਲਜਾਂ ਦੇ ਵਿੱਚ ਪੜ੍ਹਾਈ ਕਰਨ ਅਤੇ ਆਪਣੇ ਜਿਹੜੇ ਫਿਊਚਰ ਹੈ ਉਹਨੂੰ ਬ੍ਰਾਈਟ ਕਰਨ। ਹਾਂਜੀ ਸਰ, ਥੈਂਕ ਯੂ। ਕੀ ਨਾਮ ਹੈ ਸਭ ਤੋਂ ਪਹਿਲਾਂ? ਸਰ, ਮਾਈ ਨੇਮ ਇਜ਼ ਜਸਪ੍ਰੀਤ ਕੌਰ। ਜੀ, ਇੱਥੇ ਜੌਬ ਕਰਦੇ ਹੋ ਜੀ? ਹਾਂਜੀ ਸਰ। ਕਿੰਨਾ ਟਾਈਮ ਹੋ ਗਿਆ ਇੱਥੇ ਜੌਬ ਕਰਦੇ ਹੋ? ਅਪਰੋਕਸੀਮੇਟਲੀ ਸਰ ਮੈਨੂੰ 7 ਮੰਥਸ ਹੋ ਚੁੱਕੇ ਇੱਥੇ ਜੌਬ ਕਰ। ਹਾਂਜੀ, ਵੈਸੇ ਮੇਰਾ ਐਕਸਪੀਰੀਅੰਸਡ ਹੈਗਾ ਵਾ 4 ਈਅਰਸ ਦਾ ਐਕਸਪੀਰੀਅੰਸ ਹੈ ਮੇਰੇ ਕੋਲ ਜੀ ਐਜ਼ ਆਇਲਸ ਟ੍ਰੇਨਰ। ਸੋ ਜਦੋਂ ਦਾ ਮੈਂ ਇਹ ਵਾਲੇ ਇੰਸਟੀਟਿਊਟ ਜੁਆਇਨ ਕੀਤਾ ਦੈਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂੰ ਇੱਥੇ ਦੇਖਣ ਨੂੰ ਮਿਲੀਆਂ ਵਾ। ਪਲੱਸ ਦੇ ਵਿੱਚ ਜਿੱਦਾਂ ਕਿ ਮੇਰਾ ਐਕਸਪੀਰੀਅੰਸਡ ਕਹਿ ਰਿਹਾ ਵਾ ਕਿ ਜਿਵੇਂ ਅਸੀਂ ਹਰ ਇੱਕ ਸਟੂਡੈਂਟ ਨੂੰ ਪਰਸਨਲ ਅਟੈਨਸ਼ਨ ਦਿੰਦੇ ਹਾਂ, ਜਿਵੇਂ ਕੋਈ ਬੱਚਾ ਇਗਜ਼ਾਮ ਵਾਲਾ ਹੁੰਦਾ ਇਗਜ਼ਾਮ ਵਾਲੇ ਬੱਚੇ ਨੂੰ ਸਾਡੇ ਸਟਾਫ ਵੱਲੋਂ ਐਕਸਟਰਾ ਅਟੈਨਸ਼ਨ ਦਿੱਤੀ ਜਾਂਦੀ ਹੈ। ਪਲੱਸ ਹੋਰ ਵੀ ਬਹੁਤ ਸਾਰੀਆਂ ਫੈਸਿਲਿਟੀਜ਼ ਨੇ। ਅਸੀਂ ਇਹ ਵੀ ਦੇਖਦੇ ਹਾਂ ਕਿ ਅਗਰ ਕੋਈ ਪੂਅਰ ਫੈਮਿਲੀ ਤੋਂ ਬਿਲੋਂਗ ਕਰਦਾ ਬੱਚਾ, ਅਸੀਂ ਉਹਨੂੰ ਵੀ ਡਿਸਕਾਊਂਟ 'ਤੇ ਬੱਚੇ ਨੂੰ ਦੇ ਰਹੇ ਹਾਂ ਅਗਰ ਕੋਈ ਜ਼ਿਆਦਾ। ਬਟ ਸਾਨੂੰ ਕੀ ਹੁੰਦਾ ਕਿ ਸਾਨੂੰ ਆਪਣਾ ਰਿਜ਼ਲਟ ਅੱਛਾ ਚਾਹੀਦਾ ਵਾ। ਸਾਨੂੰ ਫੀਸ ਦਾ ਕੋਈ ਮਤਲਬ ਨਹੀਂ ਹੈਗਾ ਬੱਚੇ ਦੀ, ਸਾਨੂੰ ਮੇਨ ਚੀਜ਼ ਹੈ ਕਿ ਬੱਚੇ ਦਾ ਰਿਜ਼ਲਟ ਵਧੀਆ ਹੋਵੇ। ਉਸ ਦੇ ਨਾਲ ਹੀ ਨਾਲ ਅਗਰ ਜਿਹੜੀ ਕਲਾਸ ਹੈ ਆਈਲਸ ਕਲਾਸ ਤੋਂ ਬਾਅਦ ਅਸੀਂ ਗ੍ਰੈਮਰ ਕਲਾਸ ਵੀ ਬੱਚੇ ਨੂੰ ਫਰੀ ਆਫ ਕੋਸਟ ਦੇ ਰਹੇ ਹਾਂ। ਆਫਟਰ ਦੈਟ ਕਿ ਸਾਡੀ 9 to 5 ਬੱਚੇ ਦੀ ਕਲਾਸ ਹੁੰਦੀ ਆ, ਅਤੇ ਉਹਦੇ ਵਿੱਚ ਹੀ ਬੱਚੇ ਨੂੰ ਸਾਰੇ ਮੋਡਿਊਲਸ ਕਰਵਾਏ ਜਾਂਦੇ ਜਿਹਦੇ ਵਿੱਚ ਉਹ ਬੱਚੇ ਦੇ ਕੋਈ ਵੀ ਡਾਊਟਸ ਹੋਣ ਅਸੀਂ ਸਾਰੇ ਕਲੀਅਰ ਕਰਵਾਉਂਦੇ ਹਾਂ। ਮੈਮ, ਇੱਕ ਜਿਹੜਾ ਤੁਸੀਂ ਸੰਡੇ ਵਾਲੇ ਦਿਨ ਕੈਂਪ ਲਗਾ ਰਹੇ ਹੋ, ਇਸ ਬਾਰੇ ਜਾਣਕਾਰੀ ਦਿਓ। ਸਰ, ਐਕਚੁਅਲੀ 8th of May ਨੂੰ ਜਿਹੜਾ ਆਪਣੇ ਬੱਚਿਆਂ ਦਾ ਇਗਜ਼ਾਮ ਹੋਊਗਾ ਜਿਹਦੇ ਵਿੱਚ ਅਸੀਂ ਜਨਰਲ ਨੌਲੇਜ ਦੇ ਕੁਸ਼ਚਨ ਹੋਣਗੇ ਵਿੱਚ ਰਿਲੇਟਡ ਟੂ ਆ ਹਿਸਟਰੀ, ਹਿਸਟਰੀ ਨਾਲ ਰਿਲੇਟਡ ਹੋ ਸਕਦੇ, ਇਨਵਾਇਰਮੈਂਟ ਨਾਲ ਰਿਲੇਟਡ ਹੋ ਸਕਦੇ ਆ। ਸੋ ਉਹਦੇ ਵਿੱਚ ਕੀ ਹੈ ਕਿ ਅਸੀਂ ਸਿਰਫ ਉਹ ਸਟੂਡੈਂਟਸ ਲਈ ਰੱਖਿਆ ਕਿ ਜਿਹੜੇ ਬੱਚੇ ਬਹੁਤ ਜ਼ਿਆਦਾ ਪੂਅਰ ਫੈਮਿਲੀ ਤੋਂ ਬਿਲੋਂਗ ਕਰਦੇ ਆ, ਸੋ ਦੈਟ ਕਿ ਉਹ ਡਿਸਕਾਊਂਟ ਲੈ ਸਕਣ। ਸੋ 8th of May ਨੂੰ ਸਾਡੇ ਕੋਲ ਜੋ ਟਾਈਮਿੰਗਸ ਨੇ ਉਹ ਸਾਰੀਆਂ ਦੱਸੀਆਂ ਹੋਈਆਂ ਬੱਚਿਆਂ ਨੂੰ, ਅਸੀਂ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿੰਦੇ ਹਾਂ ਸਾਨੂੰ ਇੱਦਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚੇ ਵਿਜ਼ਿਟ ਕਰਨ, ਸੋ ਇਸ ਚੀਜ਼ ਦਾ ਫਾਇਦਾ ਲੈ ਸਕਣ। ਇਹਦੇ ਵਿੱਚ 2 batches ਦੇ ਵਿੱਚ ਅਸੀਂ ਬੱਚਿਆਂ ਨੂੰ ਬੱਚਿਆਂ ਤੋਂ ਇਗਜ਼ਾਮ ਲਵਾਂਗੇ ਜਿਹਦੇ ਵਿੱਚ ਜਨਰਲ ਨੌਲੇਜ ਦੇ ਕੁਸ਼ਚਨ ਹੋਣਗੇ, ਉਹਦੇ ਆਧਾਰ 'ਤੇ ਅਸੀਂ ਬੱਚਿਆਂ ਦੇ ਐਡਮਿਸ਼ਨਸ ਕਰਵਾਵਾਂਗੇ। ਪਲੱਸ ਅਗਰ ਕੋਈ 80% ਮਾਰਕਸ ਲੈਂਦਾ ਹੈ ਦੈਨ ਉਹਦੀ ਫੀਸ ਬਹੁਤ ਜ਼ਿਆਦਾ ਘੱਟ ਜੂਗੀ, 6500 ਤੋਂ ਜਾ ਕੇ ਨੀਚੇ ਚੱਲ ਜਾਣੀ ਉਹਦੀ ਫੀਸ। ਸੋ ਅਸੀਂ ਬੱਚਿਆਂ ਨੂੰ ਸਰ ਸੰਡੇ ਵਾਲੇ ਦਿਨ ਜਿਹੜੀ ਟਾਈਮਿੰਗ ਹੈ ਸੁਬਹਾ 10 ਵਜੇ ਤੋਂ ਲੈ ਕੇ 12 ਵਜੇ ਤੱਕ ਇੱਕ ਟੈਸਟ ਹੋਊਗਾ, ਉਸ ਤੋਂ ਬਾਅਦ 1 ਵਜੇ ਤੋਂ ਲੈ ਕੇ 3 ਵਜੇ ਤੱਕ ਟੈਸਟ ਹੋਊਗਾ। 2 ਘੰਟੇ ਦਾ ਬੱਚੇ ਦਾ ਟੈਸਟ ਹੋਊਗਾ ਜਿਹਦੇ ਵਿੱਚ ਜਸਟ ਇੱਕ ਜਨਰਲ ਨੌਲੇਜ ਦੇ ਕੁਸ਼ਚਨਸ ਪੁੱਛੇ ਜਾਣਗੇ ਬੱਚਿਆਂ ਤੋਂ, ਉਹ ਰਿਟਨ ਟੈਸਟ ਹੋਊਗਾ ਸਰ ਜੀ। ਮੇਰੇ ਨਾਲ ਇੱਕ ਵਾਰ ਫਿਰ ਤੋਂ ਵੀਰ ਨਾਲ ਗੱਲ ਕਰਦਾ। ਵੀਰ ਜੀ, ਜਿਵੇਂ ਕਹਿੰਦੇ ਕਿ ਪੰਜਾਬ ਦੇ ਵਿੱਚ ਮੈਂ ਪਹਿਲਾਂ ਗੱਲ ਸ਼ੁਰੂ ਕੀਤੀ ਹੈ ਕਿ ਪੰਜਾਬ ਦੇ ਵਿੱਚ ਪੜ੍ਹਾਈਆਂ ਦੇ ਮੁੱਲ ਪੈਂਦੇ ਆ, ਤੁਹਾਨੂੰ ਕਿਵੇਂ ਦਿਮਾਗ 'ਚ ਆਇਆ ਕਿ ਜਿਸ ਤਰ੍ਹਾਂ ਇੱਕ ਹੀਰੇ ਨੂੰ ਜੌਹਰੀ ਤਰਾਸਦਾ, ਤੁਸੀਂ ਵੀ ਕਿਵੇਂ ਸੋਚਿਆ ਵੀ ਕਿ ਜਿਹੜੇ ਬੱਚੇ ਆ ਜਿਹਨਾਂ ਦੇ ਅੰਕ ਵਧੀਆ ਆਉਣਗੇ ਉਹਨਾਂ ਨੂੰ ਅਸੀਂ ਫੀਸ ਵਧੀਆ ਡਿਸਕਾਊਂਟ ਦੇ ਦੇਵਾਂਗੇ? ਭਾਅ ਜੀ, ਪਤਾ ਕੀ ਹੈ, ਅੱਗੇ ਸਕੂਲਾਂ 'ਤੇ ਬਾਹਰ ਲਿਖਿਆ ਹੁੰਦਾ ਸੀ, ਅਸੀਂ ਜਦੋਂ ਪੜ੍ਹਦੇ ਸੀ, ਵਿੱਦਿਆ ਵਿਚਾਰੀ ਪਰਉਪਕਾਰੀ। ਪਰ ਅੱਜ ਕੱਲ੍ਹ ਪਰਉਪਕਾਰੀ ਨਹੀਂ, ਵਪਾਰੀ ਹੋ ਗਈ ਹੈ, ਇਹ ਵਪਾਰੀਕਰਨ ਹੋ ਗਿਆ ਵਿੱਦਿਆ ਦਾ ਬਹੁਤ ਜ਼ਿਆਦਾ, ਮਹਿੰਗੀਆਂ ਫੀਸਾਂ, ਮਹਿੰਗੀਆਂ ਐਡਮਿਸ਼ਨਾਂ 'ਚ। ਸੋ ਸਾਨੂੰ ਇੱਦਾਂ ਸੀਗਾ ਕਿ ਜਦੋਂ ਅਮੀਰ ਦਾ ਬੱਚਾ ਪੜ੍ਹ ਸਕਦਾ ਵਿਦੇਸ਼ਾਂ 'ਚ ਜਾ ਸਕਦਾ, ਅਤੇ ਇੱਕ ਗਰੀਬ ਦਾ ਕਿਉਂ ਨਹੀਂ? ਗਰੀਬ ਦੀ ਸਿਰਫ ਇੱਕੋ ਹੀ ਹੁੰਦੀ ਹੈ ਕਿ ਜਿੰਨਾ ਕਮਾ ਲਿਆ ਉਨਾ ਸ਼ਾਮ ਨੂੰ ਉਹਨਾਂ ਨੇ ਖਾਣਾ, ਪਰ ਸੇਵਿੰਗ ਨਹੀਂ ਹੁੰਦੀ। ਸੋ ਉਸ ਆਧਾਰ 'ਤੇ ਸਾਡੇ ਮਨ 'ਚ ਆਇਆ ਕਿ ਜਿਵੇਂ ਸਰਨਾ ਸਾਹਿਬ ਨਾਲ ਮੈਂ ਗੱਲ ਕੀਤੀ ਅਤੇ ਅਸੀਂ ਸਾਰਿਆਂ ਨੇ ਰਲ ਕੇ ਫੈਸਲਾ ਲਿਆ ਕਿ ਜਿਹੜੇ ਗਰੀਬ ਬੱਚੇ ਹੈ ਖਾਸ ਕਰਕੇ ਉਹਨਾਂ ਨੂੰ ਆਪਾਂ ਸਿਰਫ ਟਾਰਗੇਟ ਹੀ ਕਰਨਾ ਹੈ ਕਿ ਉਹ ਵਧੀਆ ਬੈਂਡ ਸਕੋਰ ਲੈ ਕੇ ਵਿਦੇਸ਼ਾਂ 'ਚ ਸੈੱਟ ਹੋ ਜਾਣ। ਫੀਸ ਦਾ ਕੋਈ ਚੱਕਰ ਨਹੀਂ ਭਾਅ ਜੀ, ਦੇਖੋ ਜੇ ਗਰੀਬ ਦਾ ਇਹਨਾਂ ਕੋਲ ਕਲਾ ਸ਼ਾਇਦ ਉਹਨਾਂ ਕੋਲ ਪੈਸਾ ਹੈ ਨਹੀਂ ਅੱਜ ਜੀ। ਇਹ ਵੀ ਹਾਂ, ਇਹ ਗੱਲ ਬੜਾ ਮਾਇਨੇ ਰੱਖਦੀ ਹੈ ਵੀ ਕਈ ਬੱਚੇ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ, ਪਰ ਇੱਕ ਪੈਸੇ ਕਰਕੇ, ਕਿਉਂਕਿ ਇਕਨੋਮਿਕਲੀ ਜੇ ਬੰਦਾ ਸਟਰੋਂਗ ਨਹੀਂ ਹੋ ਸਕਦਾ ਤਾਂ ਉਹ ਫਿਰ ਅੱਜ ਦੇ ਸਮਾਜ ਦੇ ਵਿੱਚ ਉਹ ਵਿਚਰਨ ਵਾਲਾ ਆਪਾਂ ਕਹਿ ਸਕਦੇ ਨਹੀਂ ਹੈ, ਜੋ ਸਮਾਜ ਦੇ ਰੂਲ ਹੈ। ਅਤੇ ਅਸੀਂ ਚਾਹੁੰਦੇ ਸੀ ਕਿ ਚੱਲ ਗਰੀਬ ਦਾ ਬੱਚਾ ਵੀ ਵਧੀਆ ਪੜ੍ਹਾਈ ਕਰ ਲਵੇ, ਅਤੇ ਉਸ ਆਧਾਰ 'ਤੇ ਅਸੀਂ, ਕਿਉਂਕਿ ਸਾਡੀ ਇਹ ਕੋਈ ਲੰਮੇ ਸਮੇਂ ਤੋਂ ਕੋਈ ਫੀਲਡ ਨਹੀਂ, ਪਰ ਅਸੀਂ ਮਗਰਲੇ 2-3 ਸਾਲਾਂ ਤੋਂ ਇਹ ਸੋਚ ਰਹੇ ਸੀਗੇ। ਇਹ ਕੋਈ ਐਂ ਨਹੀਂ ਹੈਗਾ ਕਿ ਰਾਤੋਂ ਰਾਤ ਸਾਨੂੰ ਸੁਪਨਾ ਆਇਆ ਅਤੇ ਅਸੀਂ ਆਈਲੈਟਸ ਸੈਂਟਰ ਖੋਲ ਲਿਆ। ਪਿਛਲੇ 2-3 ਸਾਲਾਂ ਤੋਂ ਸਰਨਾ ਸਾਹਿਬ ਨਾਲ ਮੇਰੀ ਪਲੈਨਿੰਗ ਚੱਲ ਰਹੀ ਸੀ, ਉਸ ਆਧਾਰ 'ਤੇ ਅਸੀਂ ਕਾਫੀ ਲੰਮੇ ਸਮੇਂ 'ਤੇ ਵਧੀਆ ਪਲੈਨਿੰਗ ਦੇ ਨਾਲ ਇਹਨੂੰ ਅੱਜ ਲਾਂਚ ਕੀਤਾ ਅਸੀਂ ਆਈਲੈਟਸ ਸੈਂਟਰ ਨੂੰ। ਦਰਸ਼ਕੋ, ਜੇਕਰ ਤੁਸੀਂ ਆਪਣੇ ਜਿਹੜੇ ਚੈਨਲ 'ਤੇ ਮੇਰੇ ਦਰਸ਼ਕ ਵੀਰ ਵਿਖ ਰਹੇ, ਤੁਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਭਵਿੱਖ ਨੂੰ ਉਜਵਲ ਬਣਾਉਣਾ ਚਾਹੁੰਦੇ ਹੋ ਤਾਂ ਬ੍ਰਾਈਟ ਫਿਊਚਰ ਹੈ, ਜਦੋਂ ਆਪਾਂ ਝਾਂਸੀ ਰਾਣੀ ਚੌਂਕ 'ਤੇ ਜਾਂਦੇ ਹਾਂ ਜਗਰਾਉਂ ਤੋਂ ਨਾਲ
ਤਾਂ ਜੋ ਤੁਹਾਨੂੰ ਫੀਸ ਦਾ ਡਿਸਕਾਊਂਟ ਮਿਲ ਸਕੇ। ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਚਰਨਜੀਤ ਸਿੰਘ ਸਰਨਾ ਜੀ ਨਾਲ, ਜਿਹੜੇ ਸਾਡੇ ਵਿਸ਼ੇਸ਼ ਪ੍ਰਤੀਨਿਧ ਅਤੇ ਸਾਡੇ ਬਹੁਤ ਹੀ ਸਹਿਯੋਗੀ ਸਾਡੇ ਮਿੱਤਰ ਵੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਸ ਤੁਹਾਨੂੰ ਦੱਸ ਦਈਏ ਕਿ ਇਸ ਆਈਲੈਂਡ ਸੈਂਟਰ ਦੇ ਓਨਰ ਵੀ ਨੇ, ਬ੍ਰਾਈਟ ਫਿਊਚਰ ਆਈਲੈਂਡ ਸੈਂਟਰ ਦੇ ਓਨਰ ਵੀ ਨੇ ਚਰਨਜੀਤ ਸਿੰਘ ਸਰਨਾ ਜੀ। ਸਰਨਾ ਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਰਨਾ ਜੀ, ਜਿਹੜੀ ਤੁਸੀਂ ਕੈਂਪ ਲਾ ਰਹੇ, ਸਭ ਤੋਂ ਪਹਿਲਾਂ ਇਸ ਬਾਰੇ ਦੱਸੋ। ਇਹ ਕੈਂਪ ਸਰ ਜਨਰਲ ਨੋਲੇਜ ਦਾ ਕੈਂਪ ਹੈ ਜੀ, ਜਿਹਦੇ ਬੱਚੇ ਆਪਣਾ ਮਤਲਬ ਟੈਸਟ ਦੇਣ ਅਤੇ ਆਪਣਾ ਪੜ੍ਹਾਈ ਕਰਨ, ਉਹਦੇ ਵਿੱਚ ਵਿਜਿਟ ਜ਼ਰੂਰ ਕਰਨ ਇਸ ਕੈਂਪ ਦੇ ਵਿੱਚ। ਮੈਂ ਤਾਂ ਇਹ ਚਾਹੁੰਦਾ ਜੀ। ਕਰਨਾ ਭਾਅ ਜੀ, ਤੁਸੀਂ ਆਪਣਾ ਕੰਟੈਕਟ ਨੰਬਰ ਦੇ ਸਕਦੇ? 97-800-81-82, ਫਿਰ ਦੁਬਾਰਾ ਨੋਟ ਕਰ ਲਓ ਜੀ, 97-800-81-82 ਜੀ। ਮੈਮ ਨਾ ਇੱਕ ਵਾਰ ਫਿਰ ਤੋਂ ਮੈਮ ਕੀ ਕਹੋਗੇ ਆਉਣ ਵਾਲੇ ਸਟੂਡੈਂਟਾਂ ਨੂੰ, ਕੀ ਅਵੇਅਰ ਕਰੋਗੇ? ਸਰ ਐਕਚੁਲੀ ਅਸੀਂ ਆਉਣ ਵਾਲੇ ਸਟੂਡੈਂਟਸ ਨੂੰ ਇਹ ਅਵੇਅਰ ਕਰਾਂਗੇ, ਜਿਵੇਂ ਕਿ ਆਪਾਂ ਦੇਖਿਆ ਹੀ ਹੈ ਕਿ ਜਗਰਾਉਂ ਸਿਟੀ ਦੇ ਵਿੱਚ ਬਹੁਤ ਸਾਰੇ ਇੰਸਟੀਟਿਊਟਸ ਓਪਨ ਹੋ ਚੁੱਕੇ ਆ। ਸੋ ਬੱਚੇ ਨੂੰ ਉਹ ਚੀਜ਼, ਜਿਹੜੀ ਚੀਜ਼ ਉਹ ਭਾਲਦੇ ਆ ਕਿ ਮੈਮ ਸਾਡੇ ਬੈਂਡ ਸਕੋਰ 7+ ਜਾਣ, ਉਹ ਉਹਨਾਂ ਨੂੰ ਕਿਤੇ ਵੀ ਨਹੀਂ ਮਿਲਦੀ, ਅਸੀਂ ਉਹ ਵੀ ਪ੍ਰੋਵਾਈਡ ਕਰਾਂਗੇ। ਪਲੱਸ ਅਸੀਂ ਬੱਚੇ ਦੀ ਗਰੰਟੀ ਲੈਂਦੇ ਹਾਂ ਕਿ ਉਹਨਾਂ ਦੀ 7+ ਬੈਂਡਸ ਅਸੀਂ ਜਿੱਦਾਂ ਵੀ ਲੈ ਕੇ ਆਈਏ ਅਸੀਂ ਲੈ ਕੇ ਆਵਾਂਗੇ, ਉਹਨਾਂ ਦੀ ਮਾਰਨਿੰਗ ਟੂ ਈਵਨਿੰਗ ਭਾਵੇਂ ਸਾਨੂੰ ਬੈਚ ਲਗਾਉਣਾ ਪੈ ਜਾਵੇ।